ਸਤਿ ਸ਼੍ਰੀ ਅਕਾਲ ਜੀ ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਮੈਂ ਔਰ ਡਾਕਟਰ ਬ੍ਰਿੰਦਰ ਸਿੰਘ ਪੋਲਰ ਇੱਕ ਵਾਰ ਫੇਰ ਇੱਕ ਨਵੇਂ ਵਿਚਾਰ ਚਰਚਾ ਦੇ ਨਾਲ ਤੁਹਾਡੇ ਰूबरू ਹੋਏ ਹਾਂ ਤੇ ਅੱਜ ਦੀ ਜਿਹੜੀ ਵਿਚਾਰ ਚਰਚਾ ਹੈ ਉਹ ਇੱਕ ਅਜਿਹੀ ਵਿਚਾਰ ਚਰਚਾ ਹੈ ਜਿਹਦੇ ਨਾਲ ਜਦੋਂ ਇਹ ਵਿਚਾਰ ਚਰਚਾ ਖਤਮ ਹੋਏਗੀ ਤਾਂ ਤੁਹਾਨੂੰ ਬਹੁਤ ਕੁਝ ਹਾਸਲ ਹੋਣ ਵਾਲਾ ਬਹੁਤ ਸਾਰੇ ਲੋਕ ਇਸ ਨੂੰ ਕਾਪੀ ਪੈਨ ਚੱਕ ਕੇ ਨੋਟ ਵੀ ਕਰਨ ਵਾਲੇ ਨੇ ਕਿਉਂਕਿ ਅਜਿਹੀ ਜਾਣਕਾਰੀ ਹੈ ਜਿਹੜੀ ਕਿ ਕਿਸੇ ਪਾਸੇ ਜਾਣਾ ਨਹੀਂ ਪੈਣਾ ਸਾਨੂੰ ਘਰ ਦੇ ਵਿੱਚ ਹੀ ਮਿਲ ਜਾਣੀ ਹੈ ਉਹ ਚੀਜ਼ ਤੇ ਉਹਦੇ ਨਾਲ ਹੀ ਅਸੀਂ ਜਿਹੜੀ ਆ ਉਹ ਆਪਣੇ ਬਹੁਤ ਸਾਰੇ ਰੋਗ ਠੀਕ ਕਰ ਸਕਦੇ ਹਾਂ ਤੰਦਰੁਸਤੀ ਦਾ ਇੱਕ ਮੰਤਰ ਮੰਤਰ ਕਿਹਾ ਜਾ ਸਕਦਾ ਹੋ ਡਾਕਟਰ ਸਾਹਿਬ ਤੁਹਾਡਾ ਨਿਊਜ਼ ਅਸ਼ਿਆ ਪੰਜਾਬੀ ਤੇ ਬਹੁਤ ਸਵਾਗਤ ਹੈ ਇਨੀਸ਼ੀਆ ਪੰਜਾਬੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਿੱਖਾਲੋ ਡਾਕਟਰ ਸਾਹਿਬ ਐਪਲ ਸਾਈਡਰ ਵਿਨੇਗਰ ਯਾਨੀ ਕਿ ਸੇਬ ਦਾ ਸਰਕਾ ਸੇਵ ਦਾ ਸਰਕਾ ਬਾਜ਼ਾਰ ਚ ਬਹੁਤ ਜਗ੍ਹਾ ਮਿਲਦਾ ਹੈਗਾ ਪਾਣੀ ਵਰਗਾ ਜਾਂ ਹੁੰਦਾ ਹੋਰ ਕੁਝ ਹੁੰਦਾ ਉਹ ਕਹਿੰਦੇ ਵੀ ਉਹ ਸਰਕੇ ਤੋਂ ਤਾਂ ਬਹੁਤ ਸਾਰੇ ਉਹ ਹੁੰਦਾ ਵੀ ਸਰਕਾ ਤਾਂ ਜੀ ਪਤਾ ਨਹੀਂ ਕੀ ਕੀ ਫਰਮੈਂਟ ਕਰਕੇ ਬਣਾਇਆ ਜਾਂਦਾ ਤੇ ਉਹ ਖਰਾਬ ਹੁੰਦਾ ਕਈ ਕਨਸੈਪਟ ਦਿਮਾਗ ਚ ਜਾਂਦਾ ਥੋੜਾ ਸਰਕੇ ਨੂੰ ਕਲੀਅਰ ਕਰੋ ਅਸਲ ਵਿੱਚ ਜੀ ਸਰਕਾ ਜਿਹੜਾ ਹੈ ਇਹਦੀ ਅਗਰ ਆਯੁਰਵੈਦਿਕ ਤੌਰ ਲੈਵਲ ਤੇ ਗੱਲ ਕਰੀਏ ਤੇ ਬਹੁਤ ਪ੍ਰਾਤਨ ਸਮੇ ਤੋਂ ਇਹਦੀ ਵਰਤੋਂ ਕੀਤੀ ਜਾ ਰਹੀ ਹੈ ਆਯੁਰਵੈਦ ਜਿਹੜੇ ਆਪਣੇ ਹਿਪੋਕ੍ਰੇਟਸ ਨੇ ਉਹਨਾਂ ਨੇ ਆਪਣੀ ਬੌਸਾਈ ਬੁੱਕਸ ਤੇ ਲਿਖਿਆ ਵੀ ਆ ਔਰ ਉਹ ਬਹੁਤ ਸਾਰੇ ਜ਼ਖਮ ਔਰ ਚਮੜੀ ਦੇ ਜਿਹੜੇ ਰੋਗ ਰਹੇ ਨੇ ਉਹਨਾਂ ਦੇ ਵਿੱਚ ਇਹਦੀ ਬਹੁਤ ਜਗ੍ਹਾ ਤੇ ਵਰਤੋਂ ਕਰਦੇ ਰਹੇ ਨੇ ਹਾਂ ਚਮੜੀ ਦੇ ਰੋਗਾ ਦੇ ਤੇ ਖਾਸ ਕਰਕੇ ਐਕਸਟ੍ਰਾ ਲਈ ਅਪਲਾਈ ਦੇ ਤੌਰ ਤੇ ਹਾਂਜੀ ਔਰ ਪੀਣ ਲਈ ਵੀ ਇਹਨੂੰ ਔਰਲੀ ਯੂਜ਼ ਕਰਨ ਲਈ ਵੀ ਇਹਨੂੰ ਦਿੱਤਾ ਗਿਆ ਸਿਰਫ ਥੋੜਾ ਜਿਹਾ ਕਿਉਂਕਿ ਇਹ ਇੱਕ ਐਸਿਡ ਦੇ ਰੂਪ ਚ ਹੈ ਐਸਿਡਿਕ ਫਾਰਮ ਹਾਂ ਐਸਿਡਿਕ ਫਾਰਮ ਦੇ ਵਿੱਚ ਹੈ हां ਤਾਂ ਇਹਦਾ ਤੇਜਾਬੀ ਮਾਦਦਾ ਬਹੁਤ ਤੇਜ ਹੋਣ ਕਰਕੇ ਇਹਦੀ ਜਿਹੜੀ ਵਰਤੋਂ ਹੈ ਉਹ ਥੋੜੀ ਜੀ ਜਾਣਕਾਰੀ ਲੈ ਕੇ ਹੀ ਕੀਤੀ ਜਾਵੇ ਤਾਂ ਤੁਸੀਂ ਇਹਦੇ ਤੋਂ ਚੰਗੇ ਪ੍ਰਣਾਮ ਲੈ ਸਕਦੇ ਹੋ ਨਿੱਤੇ ਦੇ ਦੁਸ਼ਟ ਪ੍ਰਣਾਮ ਵੀ ਛੇਤੀ ਨੇ ਠੀਕ ਹੈ ਸਾਈਡ ਇਫੈਕਟ ਵੀ ਛੇਤੀ ਨੇ ਸੋ ਇਹਨੂੰ ਇੱਕ ਫਰਮੈਂਟੇਸ਼ਨ ਦੁਆਰਾ ਹੀ ਤਿਆਰ ਕੀਤਾ ਜਾਂਦਾ ਸੇਵ ਦੇ ਸੇਵ ਨੂੰ ਬੈਕਟੀਰੀਆ ਦੇ ਨਾਲ ਘਾਲ ਕੇ ਅੱਗੇ ਇਹਦੀ ਪ੍ਰੋਸੈਸਿੰਗ ਕੀਤੀ ਜਾਂਦੀ ਹੈ ਔਰ ਇਹਦਾ ਬਹੁਤ ਵੱਡਾ ਵਰਕ ਹੈਗਾ ਅਲੱਗ-ਅਲੱਗ ਬਿਮਾਰੀਆਂ ਦੇ ਰੂਪ ਦੇ ਵਿੱਚ ਜਿਵੇਂ ਕਿ ਮੈਂ ਅਗਰ ਪੇਟ ਦੇ ਰੋਗਾ ਦੀ ਗੱਲ ਕਰਾਂ ਤਾਂ ਪੇਟ ਦੇ ਪੀ ਐਚ ਨੂੰ ਬਹੁਤ ਛੇਤੀ ਬੈਲੈਂਸ ਕਰਦਾ ਠੀਕ ਹੈ ਇਹਨੂੰ ਤੁਸੀਂ ਅਗਰ ਤੁਹਾਡੀ ਬੀਪੀ ਬੈਡ ਕੋਲੇਸਟ੍ਰੋਲ ਵਧਦੇ ਨੇ ਬਲੱਡ ਚ ਗੰਦਲਾਪਨ ਵਧਿਆ ਹੋਇਆ ਟ੍ਰਾਈਗਲਿਸਰਾਈਡ ਵਧਿਆ ਹੋਇਆ ਤਾਂ ਤੁਸੀਂ ਇਹਦੀ ਵਰਤੋਂ ਕਰ ਸਕਦੇ ਹੋ ਅਗਰ ਫੈਟ ਵਧ ਰਹੀ ਹੈ ਬੋਡੀ ਫੈਟੀ ਹੋ ਰਹੀ ਹੈ ਅ ਤੋਂ ਦਾ ਵਜਨ ਵਧ ਰਿਹਾ ਤਾਂ ਉਥੇ ਇਹਦਾ ਬਹੁਤ ਅੱਛੀ ਤੁਸੀਂ ਇੱਕ ਸਪੋਰਟਿਵ ਰੋਲ ਹੈ ਇਹਦਾ ਸਪੋਰਟਿਵ ਰੋਲ ਤਾਂ ਕਹਿ ਰਿਹਾ ਕਿ ਇਹ ਨਹੀਂ ਹੈ ਕਿ ਇਹਨੂੰ ਪੀ ਕੇ ਤੁਸੀਂ ਫੈਟ ਰਿਡਿਊਸ ਕਰਵਾ ਲੋਗੇ ਉਹ ਨਹੀਂ ਹੈਗਾ ਪਰ ਜਦੋਂ ਤੁਸੀਂ ਆਪਣੇ ਡਾਈਟ ਨੂੰ ਮੀਲ ਨੂੰ ਚੇਂਜ ਕਰੋਗੇ ਖਾਣੇ ਨੂੰ ਚੇਂਜ ਕਰੋਗੇ ਉਹਦੇ ਨਾਲ ਤੁਸੀਂ ਅਗਰ ਇਹਨੂੰ ਲੈਂਦੇ ਹੋ ਤਾਂ ਤੁਹਾਨੂੰ ਰਿਜ਼ਲਟ ਬਿਹਤਰੀਨ ਹੋਣ ਕੀ ਤੁਹਾਡੇ ਇਸ ਤੋਂ ਇਲਾਵਾ ਚਮੜੀ ਦੇ ਵਿੱਚ 글로 ਨੂੰ ਪੈਦਾ ਕਰਦਾ ਹੈ ਚਮੜੀ ਦੀ ਨੂੰ ਸ਼ਾਈਨ ਕਰਦਾ ਹੈ ਔਰ ਚਮੜੀ ਦੇ ਰੋਗਾ ਦੇ ਵਿੱਚ ਕਾਫੀ ਹੈਲਪਫੁਲ ਹੈ ਨਾ ਪਰ ਮਤਲਬ ਤੁਸੀਂ ਇਹਦੇ ਵਿੱਚ ਗੱਲ ਕੀਤੀ ਵੀ ਇਹਦੇ ਵਿੱਚ ਤਜਾਬੀ ਮਾਦਾਂ ਹੁੰਦਾ ਪਰ ਤੁਸੀਂ ਨਾਲ ਨਾਲੇ ਵੀ ਗੱਲ ਕੀਤੀ ਕਿ ਪੇਟ ਦੇ ਪੀ ਐਚ ਨੂੰ ਵੀ ਲੈਵਲ ਕਰਦਾ ਹੈਗਾ ਪੀ ਐਚ ਮਤਲਬ ਤਜਾਬੀ ਮਾਦਾਂ ਉਹ ਵੀ ਤਜਾਬੀ ਮਾਦਾਂ ਹੀ ਹੋਗਾ ਕਿਉਂਕਿ ਜੇਕਰ ਪੇਟ ਕਿਸੇ ਜਗ੍ਹਾ ਤੇ ਤਜਾਬ ਵੱਧ ਗਿਆ ਤਾਂ ਉਹ ਪੀ ਐਚ ਲੈਵਲ ਜਿਹੜਾ ਉਹਦਾ ਡਾਊਨ ਆ ਗਿਆ ਤੇ ਜੇ ਪਤਾਜਾਬ ਘਟ ਗਿਆ ਤਾਂ ਉਹਦਾ ਪੀ ਐਚ ਲੈਵਲ ਅੱਪ ਚਲਾ ਗਿਆ ਤੇ ਤਜਾਬੀ ਮਾਦਾ ਦੇ ਵਿੱਚ ਪਹਿਲਾਂ ਹੀ ਹੈਗਾ ਯਾਨੀ ਕਿ ਜਿਹਦਾ ਤਜਾਬੀ ਮਾਦਾ ਘੱਟ ਹੋਏਗਾ ਉਹਨੂੰ ਵਧਾਉਣ ਦੇ ਵਿੱਚ ਕਾਮਯਾਬ ਰਹੇਗਾ ਕਿ ਉਹਦੇ ਵਿੱਚ ਫਿਰ ਤਾਂ ਗੜਬੜ ਵਾਲਾ ਕੰਮ ਨਹੀਂ ਹੈਗਾ ਨਹੀਂ ਦੇਖੋ ਪੇਟ ਦੇ ਵਿੱਚ ਜਦੋਂ ਜਾਏਗਾ ਤੇ ਗੁੱਡ ਬੈਕਟੀਰੀਆ ਦੀ ਸਪੋਰਟ ਕਰਦਾ ਹੈ ਠੀਕ ਹੈ ਦੂਸਰੀ ਚੀਜ਼ ਕੀ ਹੈ ਕਿ ਜੇ ਤੁਸੀਂ ਇਹਨਾਂ ਇੱਕ ਬਹੁਤ ਇਹ ਜੀ ਜੋ ਇੱਕ ਨੋਮੀਨਲ ਅਮਾਉਂਟ ਅਮਾਉਂਟ ਹੈ ਜੀ ਰੇਸ਼ਿਓ ਹੈ ਜਿੱਤੋਂ ਉਨੀਕ ਰੇਸ਼ਿਓ ਚ ਸੀ ਦਿੰਨੇ ਆ ਤੇ ਇਹ ਇਹ ਕਾਫੀ ਚੀਜ਼ਾਂ ਨੂੰ ਬੈਲੈਂਸ ਰੱਖੇਗਾ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸਦਾ ਹੈਗਾ ਕਿ ਅਗਰ ਤੁਸੀਂ ਇਹਨੂੰ ਅ ਇੱਕ ਗਲਾਸ ਮਤਲਬ 2.5 ਲੀਟਰ ਪਾਣੀ ਦੇ ਵਿੱਚ ਕੋਈ 5 ਅੰਮਲ 10 ਅੰਮਲ ਲੈਂਦੇ ਹੋ ਫਿਰ ਤਾਂ ਤੁਹਾਨੂੰ ਇਹਦੇ ਬਹੁਤ ਸਾਰੇ ਸਰੀਰਕ ਫਾਇਦੇ ਨਜ਼ਰ ਆਉਣਗੇ ਪਰ ਜੇ ਮੰਨ ਲਓ ਤੁਸੀਂ ਇੱਕ ਕੱਪ ਪਾਣੀ ਦੇ ਵਿੱਚ ਇਹਨੂੰ 25 ਅਮਨ ਲੈ ਲਿਆ ਫਿਰ ਨੁਕਸਾਨ ਹੋ ਜਾਣਾ ਠੀਕ ਹੈ ਫਿਰ ਇਹ ਤੁਹਾਡੀ ਫੂਡ ਪਾਈਪ ਦੇ ਵਿੱਚ ਜ਼ਖਮ ਵੀ ਕਰ ਸਕਦਾ ਤੁਹਾਡੇ ਹਾਰਟ ਦੀ ਆਰਟਰੀਜ਼ ਸਵੈਲਿੰਗ ਵੀ ਲਿਆ ਸਕਦਾ ਦੰਦ ਕਰਾ ਦੰਦ ਵੀ ਖਰਾਬ ਕਰ ਸਕਦਾ ਹੈ ਔਰ ਦੰਦਾ ਦੇ ਅੰਦਰਲੀ ਆਪਣੀ ਲੇਅਰ ਹੈ ਮੂੰਹ ਦੇ ਅੰਦਰ ਉਹਦੇ ਚ ਜ਼ਖਮ ਵੀ ਕਰ ਸਕਦਾ ਹੈਗਾ ਸੋ ਇਹਦੇ ਸਾਈਡ ਇਫੈਕਟ ਫਿਰ ਬਣਦਾ ਹੈ ਮੈਂ ਆਪਾਂ ਸਟਾਰਟਿੰਗ ਤੇ ਕਿਹਾ ਨਾ ਕਿ ਜੇ ਤੁਸੀਂ ਜਾਣਕਾਰੀ ਲੈ ਕੇ ਇਹਦੀ ਵਰਤੋਂ ਕਰਦੇ ਹੋ ਦਾ ਬਹੁਤ ਅچھے ਪ੍ਰਣਾਮ ਇਹਦੇ ਤੁਸੀਂ ਆਪਣੇ ਸਰੀਰ ਤੇ ਲੈ ਸਕਦੇ ਹੋ। ਤੁਸੀਂ ਗੱਲ ਕੀਤੀ ਪੇਟ ਦੇ ਰੋਗਾਂ ਦੀ। ਪੇਟ ਦੇ ਰੋਗਾਂ ਦੇ ਵਿੱਚ ਸਭ ਤੋਂ ਵੱਧ ਜਿਹੜਾ ਜੇ ਤੰਗ ਕਰਦਾ ਤਾਂ ਬਦ ਹਜਮੀ ਹੈਗੀ ਹੈ, ਤੇਜਾਬ ਹੈਗਾ, ਗੈਸ ਹੈਗਾ, ਕਬਜ਼ ਹੈਗੀ ਹੈ। ਇਹ ਤਿੰਨ ਚਾਰ ਰੋਗ ਜਿਹੜੇ ਨੇ ਇੱਕ ਜਿਹੇ ਨੇ ਜਿਹੜੇ ਕਾਮਨ ਨੇ ਜਿਨ੍ਹਾਂ ਨੂੰ ਆਪਾਂ ਇਹ ਵੀ ਕਰ ਸਕਦੇ ਹਾਂ ਤੀਬਰ ਰੋਗਾਂ ਦੇ ਵਿੱਚ ਵੀ ਆ ਜਾਂਦੇ ਨੇ ਇਹ। ਤੇ ਨਾਲ-ਨਾਲ ਤੁਸੀਂ ਇਹ ਗੱਲ ਕੀਤੀ ਕਿ ਦੰਦਾਂ ਨੂੰ ਵੀ ਖਰਾਬ ਕਰ ਸਕਦਾ ਇਹ ਉਹਦਾ ਫਿਰ ਲੈਣਾ ਲੈਣ ਦੀ ਵੀ ਇੱਕ ਖਾਸ ਵਿਧੀ ਹੁੰਦੀ ਉਹਨੂੰ ਪਾਣੀ ਚ ਪਾ ਕੇ ਪਾਈਪ ਨਾਲ ਦਿੱਤਾ ਜਾਵੇ ਤਾਂ ਕਿ ਜਿਹੜਾ ਦੰਦਾ ਨੂੰ ਨਾ ਲੱਗੇ ਕੁਝ ਅੰਦਰ ਵੀ ਚਲਾ ਜਾਏ ਕੋਈ ਇਸ ਤਰ੍ਹਾਂ ਦਾ ਵੀ ਹੈਗਾ ਤੇ ਉਹ ਵੀ ਥੋੜਾ ਜਿਹਾ ਕਲੀਅਰ ਕਰ ਦੋ ਵੀ ਤੇਜਾਬੀ ਮਾਦਾ ਹੈ ਤੇ ਉਹ ਰੋਕ ਕੇਵੇਂ ਠੀਕ ਕਰੇਗਾ ਪੇਟ ਦੇ ਦੇਖੋ ਜੇ ਤਾਂ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ 5 ਅਮਲ 10 ਅਮਲ ਲੈ ਰਹੇ ਹੋ ਫਿਰ ਪੀ ਸਕਦੇ ਹੋ ਫਿਰ ਇਹਦੇ ਤੁਹਾਨੂੰ ਕੋਈ ਦੁਸ਼ਤ ਪ੍ਰਨਾਮ ਨਹੀਂ ਆਉਣਗੇ ਕੁਆਂਟੀਟੀ ਜ਼ਿਆਦਾ ਲੈਂਦੇ ਹੋ ਫਿਰ ਤੁਹਾਨੂੰ ਸਟ੍ਰਾ ਦੇ ਨਾਲ ਲੈਣਾ ਪਏਗਾ ਪਾਈਪ ਨਾਲ ਲੈਣਾ ਪਏਗਾ ਸੋ ਜਿਹੜੀ ਜਦੋਂ ਅਸੀਂ ਅੱਛਾ ਜਦੋਂ ਤੁਸੀਂ ਆਪਾਂ ਤੁਸੀਂ ਲੀਵਰ ਦੇ ਰੋਗਾ ਦੀ ਗੱਲ ਕੀਤੀ ਹੈ ਤਾ ਲੀਵਰ ਆਪਣੇ ਬਹੁਤ ਸਾਰੇ ਐਨਜ਼ਾਈਮ ਰਿਲੀਜ਼ ਕਰਦਾ ਹੈ ਰਾਸ ਰਿਲੀਜ਼ ਕਰਦਾ ਹੈਗਾ ਤਾਂ ਉਥੇ ਜਿਵੇਂ ਬਿਲੀਰੂਬਿਨ ਵੱਜ ਜਾਂਦਾ ਜਿਹਨੂੰ ਪੀਲੀਆ ਆਪਾਂ ਕਹ ਦਿੰਦੇ ਆ ਬੈਡ ਕੋਲੈਸਟ੍ਰੋਲ ਵੱਜਦਾ ਟ੍ਰਾਈਗਲਿਸਰਾਈਡ ਵੱਜ ਜਾਂਦਾ ਹੈ ਵਰਤਨ ਦੇ ਕਿ ਨਹੀਂ ਤਾਂ ਉਥੇ ਨੇ ਇਹਨੇ ਜਿਹੜਾ ਐਪਲ ਸਾਈਡਰ ਵినੇਗਰ ਹੈਗਾ ਉਥੇ ਇਹਨੇ ਖੂਨ ਦੇ ਵਿੱਚ ਇੱਕ ਤਾਂ ਗੰਧਲਾਪਨ ਦੂਸਰਾ ਜਿਹੜਾ ਬੈਡ ਐਸਿਡਸ ਆ ਬਾਡੀ ਦਾ ਉਹਨੂੰ ਸਾਰੀਆਂ ਚੀਜ਼ਾਂ ਨੂੰ ਬੈਲੈਂਸ ਕਰਨ ਦੇ ਉੱਤੇ ਇਹਨੇ ਸਪੋਰਟ ਕਰਨੀ ਆ ਸਰੀਰ ਦੀ ਜਿਹੜਾ ਆਪਾਂ ਪੀ ਐਚ ਸ਼ਬਦ ਯੂਜ਼ ਕੀਤਾ ਪੇਟ ਦਾ ਇਹ ਕੱਲਾ ਪੇਟ 'ਚ ਨਹੀਂ ਇਹਨੇ ਲੀਵਰ ਵਾਲੇ ਏਰੀਆ 'ਚ ਵੀ ਪੀ ਐਚ ਬੈਲੈਂਸ ਕਰਨਾ ਜਾ ਕੇ ਠੀਕ ਹੈ ਕਿਉਂਕਿ ਇਹਦੀ ਇਹਦਾ ਜਿਵੇਂ ਨਿੰਬੂ ਆ ਨਿੰਬੂ ਦੀ ਫਾਰਮ ਐਸਿਡਿਕ ਹੈ ਲੇਕਿਨ ਬਾਡੀ 'ਚ ਜਾ ਕੇ ਅਲਕਲਾਈਨ ਕਨਵਰਟ ਹੋ ਜਾਂਦਾ ਸੇਮ ਇਹਦੇ ਵੀ ਇਸ ਤਰ੍ਹਾਂ ਦੇ ਕਾਫੀ ਵਰਕ ਸਰੀਰ 'ਚ ਨੇ ਜਿੱਥੇ ਜਾ ਕੇ ਇਹ ਹੈ ਤਾਂ ਐਸਿਡ ਲੇਕਿਨ ਐਸਿਡਿਕ ਫਾਰਮ ਚ ਲੇਕਿਨ ਅੰਦਰ ਜਾ ਕੇ ਕਾਫੀ ਜਗ੍ਹਾ ਤੇ ਇੱਕ ਐਲਕਲਾਈਨ ਵਰਕ ਵੀ ਕਰਦਾ ਇਹ ਹੋ ਗਿਆ ਐਪਲ ਸਾਈਡਰ ਵਿਨੇਗਰ ਜਿਹੜਾ ਹੈਗਾ ਉਹ ਤੁਸੀਂ ਦੱਸਿਆ ਵੀ ਪੇਟ ਦੇ ਰੋਗਾਂ ਨੂੰ ਵੀ ਜਿਹੜਾ ਠੀਕ ਕਿੱਦਾ ਕਰਦਾ ਕਿਉਂਕਿ ਪੀਐਚ ਲੈਵਲ ਬੈਲੈਂਸ ਹੋ ਗਿਆ ਤਾਂ ਪੇਟ ਦੇ ਰੋਗ ਆਪਣੇ ਆਪ ਬੈਲੈਂਸ ਹੋਣ ਲੱਗ ਜਾਣਗੇ ਲੀਵਰ ਹੈ ਲੀਵਰ ਜਿਹੜਾ ਉਹ ਬਹੁਤ ਸਾਰੀਆਂ ਬਿਮਾਰੀਆਂ ਦੀ ਮਾਂ ਕਿਹਾ ਜਾ ਸਕਦਾ ਬਹੁਤ ਸਾਰੀਆਂ ਬਿਮਾਰੀਆਂ ਦੀ ਲੀਵਰ ਨੂੰ ਇੱਕ ਪੀਐਚ ਲੈਵਲ ਠੀਕ ਕਰੇਗਾ ਉਸ ਤੋਂ ਬਾਅਦ ਕਿਵੇਂ ਕੰਮ ਕਿਵੇਂ ਹੋਏਗਾ ਉਹਦੇ ਬਾਅਦ ਦੇਖੋ ਅਗਰ ਮੰਨ ਲਓ ਭੁੱਖ ਘਟ ਹੈ ਤਾਂ ਇਹਦਾ ਮਤਲਬ ਹੈਗਾ ਕਿ ਲੀਵਰ ਉਸ ਤਰ੍ਹਾਂ ਦੀ ਰਸ ਨਹੀਂ ਪ੍ਰੋਡਿਊਸ ਕਰ ਪਾ ਰਿਹਾ ਜਿਸ ਦੇ ਨਾਲ ਅੰਦਰ ਇੱਕ ਭੁੱਖ ਪੈਦਾ ਹੋਵੇ ਤਾਂ ਉੱਥੇ ਜੇ ਤੁਸੀਂ ਰੈਗੂਲਰ ਇਹਨੂੰ ਖਾਣਾ ਖਾਣ ਤੋਂ ਪਹਿਲਾਂ ਕਰੀਬ 5 ml 10 ml ਇੱਕ ਗਲਾਸ ਪਾਣੀ ਚ ਲੈਂਦੇ ਹੋ ਤਾਂ ਉਹ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਉੱਥੇ ਜਾ ਕੇ ਲੀਵਰ ਦੀ ਕਾਫੀ ਸਪੋਰਟ ਕਰਦਾ ਹੈ ਗੁਡ ਐਨਜ਼ਾਈਮ ਭੁੱਖ ਲੱਗਣ ਵਾਲੇ ਰਸ ਨੂੰ ਪ੍ਰੋਡਿਊਸ ਕਰਨ ਦੇ ਵਿੱਚ ਕਾਫੀ ਜ਼ਿਆਦਾ ਸਪੋਰਟਿਵ ਰੋਲ ਅਦਾ ਕਰ ਜਾਏਗਾ ਅੱਛਾ ਜਿਨ੍ਹਾਂ ਨੂੰ ਭੁੱਖ ਬਹੁਤ ਜ਼ਿਆਦਾ ਲੱਗਦੀ ਹੈ ਇਹ ਕਿਹਦੇ ਤੇ ਹੋਰ ਵੀ ਕੋਣ ਹੈਗਾ ਮਨ ਲੋ ਕਈ ਪੇਸ਼ੈਂਟ ਸਾਡੇ ਕੋਲ ਵੀ ਆਉਂਦੇ ਔਰ ਕਈ ਵਾਰੀ ਆਪਾਂ ਵੀ ਦੇ ਦੇਓ ਕਿ ਦਾ ਆਪਾਂ ਯਾਰ ਹੁਣੇ ਖਾਦਾ ਸੀ ਭੁੱਖ ਹੋਰ ਲੱਗ ਗਈ ਹੋਰ ਖਾਣ ਦਾ ਦਿਲ ਕਰਦਾ ਜਿਨਾਂ ਨੂੰ ਇਸ ਤਰ੍ਹਾਂ ਦੇ ਕੋਈ ਸਿੰਪਟਮ ਆ ਰਹੇ ਆ ਉਹ ਵੀ ਇਹਦਾ ਸੇਵਨ ਕਰਾ ਤਾਂ ਇਥੋਂ ਇਹ ਪਤਾ ਹੁੰਦਾ ਸਿੱਧ ਹੋ ਇਹ ਹੋ ਜਾਂਦਾ ਕਿ ਲੀਵਰ ਦੇ ਅਗਰ ਬਹੁਤ ਤੇਜ਼ੀ ਨਾਲ ਰਸ ਬਣ ਰਹੇ ਨੇ ਜਾਂ ਬਹੁਤ ਘੱਟ ਰਸ ਬਣ ਰਹੇ ਨੇ ਉਹਨੂੰ ਬੈਲੈਂਸ ਕਰਨੇ ਨੇ ਜਾ ਕੇ ਲੀਵਰ ਦੇ ਸਪੋਰਟ ਕਰ ਜਣੇ ਜਾ ਕੇ ਤਾਂ ਉਹ ਉੱਥੇ ਧੀਰ ਪਿੱਤਾ ਫੂਡ ਪਾਈਪ ਸਮਾਲ ਇੰਟਸਟ ਐਂਡ ਛੋਟੀ ਆਂਤ ਵੱਡੀ ਆਂਤ ਔਰ ਮਲ ਦੇ ਬਾਡੀ ਚੋਂ ਨਿਕਲਣ ਤੱਕ ਇਹਦੇ ਵਰਕ ਰਹਿੰਦੇ ਨੇ ਤੇ ਹੁਣ ਥੋੜਾ ਜਿਹਾ ਪਹਿਲਾਂ ਆਪਾਂ ਐਪਲ ਸਾਈਡਰ ਵੈਨੇਗਰ ਜਿਹੜਾ ਹੈਗਾ ਉਹ ਤਾਂ ਇਲਾਜ ਤਾਂ ਜਿਵੇਂ ਕਰੇਗਾ ਹੀ ਕਰੇਗਾ ਥੋੜਾ ਜਿਹਾ ਵੀ ਦੋ ਤਾਂ ਵੀ ਬਣਾਉਣਾ ਕਿਵੇਂ ਹੁੰਦਾ ਜੇ ਬੰਦੇ ਨੇ ਘਰੇ ਬਣਾਉਣਾ ਹੈਗਾ ਤੁਸੀਂ ਕਿਹਾ ਗੁੱਡ ਬੈਕਟੀਰੀਆ ਦੇ ਨਾਲ ਇਸ ਨੂੰ ਜਿਹੜਾ ਫਰਮੈਂਟ ਕਰਕੇ ਜਿਹੜਾ ਇਸ ਨੂੰ ਬਣਾਇਆ ਜਾਂਦਾ ਉਹ ਬਣਾਉਣ ਦੀ ਵਿਧੀ ਜੇ ਪਤਾ ਹੋਏਗੀ ਤਾਂ ਹੀ अदरवाइज ਤਾਂ ਬਾਜ਼ਾਰ ਤੋਂ ਕੈਮੀਕਲ ਰੂਪੀ ਮਿਲਦੇ ਨੇ ਜਿਹੜੇ ਹੈਗੇ ਨੇ ਤੇ ਉਹ ਉਲਟਾ ਨੁਕਸਾਨ ਕਰਦੇ ਨੇ ਇਹ ਥੋੜਾ ਜਿਹਾ ਬਣਾਉਣ ਦੀ ਵਿਧੀ ਵੀ ਦੱਸਦੀ ਆ ਅ ਵੈਸੇ ਤਾਂ ਜੇ ਆਪਾਂ ਕੁਝ ਅੱਛੇ ਬ੍ਰਾਂਡ ਦੇ ਵਿੱਚ ਜਾਣਦੇ ਆ ਜਿਵੇਂ ਬ੍ਰਾਕ ਦਾ ਹੁੰਦਾ ਜੋ ਉਹਦੇ ਤੇ ਪੇ ਨੇ Amazon ਵਗੈਰਾ ਹਾਂਜੀ ਹਾਂਜੀ ਜੀ ਜੀ ਆਪਾਂ ਅੱਛੇ ਬ੍ਰਾਂਡਸ ਜਾਣਦੇ ਆ ਤਾਂ ਤੁਹਾਨੂੰ ਇਹ ਬਣੇ ਹੋਏ ਵੀ ਮਿਲਦੇ ਨੇ ਆਰਗੈਨਿਕ ਆਰਗੈਨਿਕ ਫਾਰਮ ਦੇ ਵਿੱਚ ਔਰ ਕਾਫੀ ਜਿਹੜੇ ਦੇਖੋ ਇੱਕ ਚੀਜ਼ ਮੈਂ ਹਮੇਸ਼ਾ ਹੀ ਕੈਮਰੇ ਤੇ ਵੀ ਕਹੀ ਹੈ ਕਿ ਔਰ ਆਯੁਰਵੈਦਿਕ ਜਿੰਨੀਆਂ ਵੀ ਚੀਜ਼ਾਂ ਨੇ ਅਸੀਂ ਜਦੋਂ ਖਰੀਦਣ ਜਾਂਦੇ ਹਾਂ ਨਾ ਅਸੀਂ ਕੈਮਿਸਟ ਸ਼ਾਪ ਤੇ ਜਾਂਦੇ ਹਾਂ ਜੇ ਤੁਸੀਂ ਇਹਦੀ A1 ਕੁਆਲਿਟੀ ਲੈਣੀ ਕਿਸੇ ਵੀ ਆਯੁਰਵੈਦਿਕ ਚੀਜ਼ ਦੀ ਤੁਸੀਂ ਪੰਸਾਰੀ ਕੋਲ ਜਾਓ ਪੰਸਾਰੀ ਕੋਲ ਤੇ ਦਿਮਾਗ ਚ ਹੁੰਦਾ ਵੀ ਪਤਾ ਨਹੀਂ ਕਦੋਂ ਉਹਦੀ ਪਈ ਹੋਣੀ ਕੀ ਇਹਦੇ ਕੋਲ ਉਹ ਗਲਤ ਚੀਜ਼ ਦੇएगा ਹੀ ਨਹੀਂ ਤੁਹਾਨੂੰ ਪੰਸਾਰੀ ਦੀ ਜਿਹੜੀ ਨੌਲੇਜ ਹੁੰਦੀ ਆ ਉਹ ਤੁਹਾਨੂੰ ਬੜੀ ਡਿਫਰੈਂਟ ਮਿਲੇਗੀ ਤੁਸੀਂ ਉਹ ਕੋਲ ਇੱਕ ਪੰਜ 10 ਮਿੰਟ ਬੈਠੋ ਤਾਂ ਖਰੀਦਣ ਜਾਂਦੇ ਹੋ ਤੁਹਾਨੂੰ ਫਰੀ ਉਹਦੀਆਂ ਗੱਲਾਂ ਜੀ ਤੁਹਾਨੂੰ ਬਹੁਤ ਗਿਆਨ ਮਿਲ ਜਾਣਾ ਹੈਗਾ ਇਹ ਵੈਸੇ ਮੈਂ ਦੇਖਿਆ ਮੌਸਲੀ ਮੈਂ ਇਹ ਕਹਿ ਰਿਹਾ ਮੈਂ ਇਹ ਨਹੀਂ ਕਹਿ ਰਿਹਾ ਕਿ ਸਹੂਦਾ ਸਾਰੇ ਇਸ ਤਰ੍ਹਾਂ ਦੇ ਨਾ ਹੋਣ ਲੇਕਿਨ ਹੁਣ ਤੱਕ ਮੈਂ ਕਾਫੀ ਮੇਰੇ ਨਾਨਾ ਜੀ ਵੈਸ ਸੀ ਤਾਂ ਉਹਨਾਂ ਨਾਲ ਜਾਣ ਦਾ ਬਹੁਤ ਵਾਰੀ ਮੌਕਾ ਮਿਲਦਾ ਸੀ ਮੈਨੂੰ ਕਿਉਂਕਿ ਉਹ ਬਜ਼ੁਰਗ ਹੋ ਗਏ ਸੀ ਤਾਂ ਉਹਨਾਂ ਤੋਂ ਤੁਰਿਆ ਨਹੀਂ ਜਾਂਦਾ ਹੁੰਦਾ ਸੀ ਘੋਡੇ ਤੋਂ ਤਾਂ ਮੈਂ ਖੁਦ ਉਹਨਾਂ ਨੂੰ ਉਹਦਾ ਸਕੂਟਰ ਹੁੰਦੇ ਸੀ ਚੇਤੇ ਤੱਕ ਉਸ ਦੀ ਗੱਲ ਯਾਦ ਆ ਗਈ ਮੈਨੂੰ ਤਾਂ ਮੈਂ ਖੁਦ ਬਿਠਾ ਕੇ ਅਸੀਂ ਉਹਨਾਂ ਨਾਲ ਜਦੋਂ ਉਹਨਾਂ ਦੇ ਨਾਲ ਲਗ ਲਗ ਪੰਸਾਰੀਆਂ ਦੇ ਕੋਲ ਜਾਣ ਦਾ ਮੌਕਾ ਮਿਲਦਾ ਸੀ ਤਾਂ ਉਹ ਉਹ ਐਕਸਪੀਰੀਅੰਸ ਅੱਜ ਵੀ ਮੇਰੇ ਦਿਮਾਗ ਦੇ ਵਿੱਚ ਹੈ ਜਿਹੜੀਆਂ ਚੀਜ਼ਾਂ ਜਿਹੜੀ ਬੂਟੀਆਂ ਦੀ ਪਰਖ ਪੰਸਾਰੀ ਕੋਲ ਹੈ ਨਾ ਮਤਲਬ ਉਹ ਇੱਕ ਆਯੁਰਵੈਦਿਕ ਫਾਰਮਾਸਿਸਟ ਹੈ ਬੜਾ ਤਕੜਾ ਤੇ ਜੁਰਨੀ ਕੀ ਸਾਰੇ ਪੰਸਾਰੀ ਕੋਲ ਕੋ ਡਿਗਰੀ ਡਿਪਲੋਮਾ ਹੋਵੇ ਪਰ ਤਜਰਬਾ ਇੱਕ ਲਗ ਚੀਜ਼ ਆ ਜਾਂਦੀ ਹੈਗੀ ਆ ਤੇ ਉਹ ਬੜੀ ਅੱਛੀ ਪਰਖ ਬੜੀ ਬਰੀਕੀ ਦੀ ਪਰਖ ਹੈ ਜਿਹੜੀ ਬੂਟੀਆਂ ਨੂੰ ਲੈ ਕੇ ਉਹ ਰੱਖਦੇ ਨੇ ਔਰ ਇਸ ਸਰਕੇ ਵਾਲੇ ਕੇਸ ਦੇ ਵਿੱਚ ਜੇ ਤੁਸੀਂ ਪੰਸਾਰੀ ਕੋਲ ਜਾਓਗੇ ਤੇ ਕੈਮਿਸ ਵਾਲੇ ਕੋਲ ਜਾਓਗੇ ਤੁਹਾਨੂੰ ਜ਼ਮੀਨ ਉਸਮਾਨਤਾ ਅੰਤਰ ਮਿਲੇਗਾ ਚੀਜ਼ ਦੇ ਵਿੱਚ ਪੰਸਾਰੀ ਦੀ ਇੱਕ ਖੂਬੀ ਹੁੰਦੀ ਆ ਉਹ ਡੁਪਲੀਕੇਟ ਤੇ ਮਾੜੀ ਚੀਜ਼ ਕਦੀ ਨਹੀਂ ਰੱਖਦਾ ਮਾਰਦਨ ਭਾਵੇਂ ਉਹਦੇ ਵਿੱਚ ਮਾਈਨਰ ਹੋਵੇ ਠੀਕ ਹੈ ਬਹੁਤ ਸਾਰੇ ਪੰਸਾਰੀਆਂ ਕੋਲ ਹੁੰਦੀਆਂ ਨੇ ਚੀਜ਼ਾਂ ਵੀ ਬਹੁਤ ਸਾਰੀਆਂ ਜੜੀਆਂ ਬੁੱਟੀਆਂ ਹੁੰਦੀਆਂ ਨੇ ਜਿਹੜੀਆਂ ਵੀ ਸਹੀ ਨਹੀਂ ਹੁੰਦੀਆਂ ਨਹੀਂ ਮੈਂ ਉਹੀ ਕਹਿ ਰਿਹਾ ਨਾ ਜ਼ਰੂਰੀ ਨਹੀਂ ਕਿ ਸਾਰੇ ਇਸ ਤਰ੍ਹਾਂ ਦੇ ਹੋਣ ਉਹ ਕਮੇ ਵੀ ਨਹੀਂ ਕਹ ਰਿਹਾ ਕਿ ਸਾਰੇ ਫਾਰਮ ਕੇਮੀਕਲ ਸ਼ਾਪ ਵਾਲੇ ਮਾੜੇ ਹੁਣ ਉਹਨਾਂ 'ਚ ਵੀ ਬਹੁਤ ਅੱਛਾ ਗਿਆ ਰੱਖਣਾ ਹੈ ਲੋਕ ਹੁੰਦੇ ਨੇ ਪਰ ਕੀ ਹੁੰਦਾ ਹੈ ਕਿ ਜਿਹੜੇ ਅੱਜ ਵੀ ਐਗਜ਼ਿਸਟਿੰਗ ਟਾਈਮ 'ਚ ਕੰਮ ਕਰ ਰਹੇ ਨੇ ਉਹਨਾਂ ਦੇ ਕੋਲ ਤੁਹਾਨੂੰ ਚੰਗੀ ਕੁਆਲਿਟੀ ਦਾ ਜਦੋਂ ਤੁਸੀਂ ਜਾ ਕੇ ਕਹਿੰਦੇ ਹੋ ਕਿ ਭਾਈ ਸਾਹਿਬ ਚੰਗੀ ਕੁਆਲਿਟੀ ਦਾ ਸਰਕਾ ਦਿਓ ਜਿਸ 'ਚ ਕੋਈ ਕੈਮੀਕਲ ਨਾ ਹੋਵੇ ਉਹ ਤੁਹਾਨੂੰ ਇੱਕ ਗੱਲ ਜਰੂਰ ਕਹੇਗਾ ਕਿ ਜਾਜੇ ਹੈਗਾ ਤਾਂ ਦੇ ਦੇਗਾ ਨਹੀਂ ਤੇ ਉਹ ਭਾਈ ਤੁਹਾਨੂੰ ਮੰਗਾ ਦਵੇਗਾ ਮਗਲਾ ਦਿਨ ਹੈ ਜੀ ਤੁਹਾਡੀ ਡਿਮਾਂਡ ਹੈ ਇਸ ਤਰ੍ਹਾਂ ਦੀ ਸੋ ਇਹ ਮੈਂ ਤਾਂ ਇਹੀ ਰੱਖੀ ਹੈ ਕਿ ਬਣਾਉਣ ਦੀ ਵਿਧੀ ਆਪਾਂ 10 ਵੀ ਦੇਵਾਂਗੇ ਤਾਂ ਉਹਨੂੰ ਇੰਪਲੀਮੈਂਟ ਕਰਨ ਦੀ ਰੇਸ਼ੋ 1% ਵੀ ਨਹੀਂ ਆਂਦੀ ਚਲੋ ਫਿਰ ਵੀ ਇੱਕ ਵਾਰੀ ਦੱਸ ਦਈਏ ਤਾਂ ਕਿ ਉਹ ਜੇ ਕਿਸੇ ਨੇ ਬਣਾਉਣਾ ਹੈ ਤਾਂ ਵਧੀਆ ਗੱਲ ਹੈ ਕੁਝ ਬਣਾਉਣ ਦੇ ਇੱਛੁਕ ਵੀ ਹੋਣ ਹਾਂ ਐਕਚੁਅਲ ਦੇ ਵਿੱਚ ਇਹਦਾ ਕਿਉਂਕਿ ਨੂੰ ਜਦੋਂ ਆਪਾਂ ਐਪਲ ਨੂੰ ਕੱਟਦੇ ਆ ਉਸ ਤੋਂ ਬਾਅਦ ਇਹਦੀ ਜਿਹੜੀ ਬੈਕਟੀਰੀਆ ਔਰ ਐਨਜ਼ਾਈਮ ਦਾ ਜਿਹੜਾ ਇੱਕ ਪ੍ਰੋਸੈਸ ਹੈਗਾ ਵਾ ਉਨੂੰ ਰੱਖਣਾ ਬੰਦ ਕਰਕੇ ਰੱਖਣਾ ਤਾਂ ਇਹਦੀ ਅਪ ਮੈਂ ਚਾਹੂੰਗਾ ਕਿ ਇਨ ਫਿਊਚਰ ਆਪਾਂ ਇੱਕ ਕੰਪਲੀਟ ਵੀਡੀਓ ਬਣਾਈਏ ਜਿਹਦੇ ਵਿੱਚ ਆਪਾਂ ਪ੍ਰੈਕਟੀਕਲ ਉਹ ਸਾਰੀਆਂ ਕਿਉਂਕਿ ਇੱਥੇ ਬਰੀਕੀ ਦੇ ਕੰਮ ਬਹੁਤ ਕਾਫੀ ਨੇ ਠੀਕ ਹੈ ਮਨ ਲੋ ਆਪਾਂ ਵਰਬਲੀ ਦੱਸ ਵੀ ਦਿੱਤਾ ਕਿ ਤੁਸੀਂ ਉਹਨੂੰ ਅਲਕੋਹਲਿਕ ਤੌਰ ਤੇ ਕਿੰਨਾ ਟਾਈਮ ਰੱਖਣਾ ਹੈਗਾ ਉਹ ਕਿਵੇਂ ਤਾਂ ਉਹ ਇੱਕ ਵਰਕ ਇਹਦੇ ਤੇ 3 ਫਾਰਮ 3 ਡੱਬੇ ਆਪਾਂ ਦਿਖਾਵਾਂਗੇ ਜਿਸ ਵਿੱਚ ਇੱਕ ਪਹਿਲਾਂ ਕੱਟਿਆ ਹੋਇਆ ਉਸ ਤੋਂ ਬਾਅਦ ਉਹ 15 ਦਿਨ ਬਾਅਦ ਦਾ ਔਰ 30 ਦਿਨ ਬਾਅਦ ਦਾ ਉਹ ਤਿੰਨ ਤਿੰਨੋਂ ਸਲੈਬ ਦੇ ਵਿੱਚ ਆਪਾਂ ਦਿਖਾਵਾਂਗੇ ਤਾਂ ਜੋ ਉਹਨੂੰ ਸਹੀ ਤਰੀਕੇ ਨਾਲ ਉਹ ਵੀਡੀਓ ਨੂੰ ਦੇਖੇਗਾ ਜਿਹੜਾ ਉਹ ਨਾਲ ਨਾਲ ਬਣਾਉਣਾ ਵੀ ਸ਼ੁਰੂ ਕਰ ਦੇਗਾ ਠੀਕ ਹੈ ਤੁਸੀਂ ਜਦੋਂ ਕੰਪਲੀਟ ਇਨਫੋਰਮੇਸ਼ਨ ਜਿਹੜੀ ਕਿ ਪਾਵਾਂਗੇ ਉਹਦੇ ਵਿੱਚ ਸੋ ਬੈਸਟ ਇਹੀ ਹੈਗਾ ਕਿ ਜੇ ਤੁਸੀਂ ਚੰਗੇ ਬ੍ਰਾਂਡ ਦਾ ਜੇ ਚੰਗੇ ਅچھے ਪੰਸਾਰੀ ਦੇ ਅچھے ਕੈਮੀ ਸ਼ਾਪ ਤੇ ਜਾਓਗੇ ਤਾਂ ਤੁਹਾਨੂੰ ਚੰਗੀ ਕੰਪਨੀ ਦਾ ਦੇ ਸਕਦਾ ਹੈਗਾ ਹੁਣ ਆਈਏ ਆਪਾਂ ਪੇਟ ਦੀਆਂ ਬਿਮਾਰੀਆਂ ਹੋ ਗਈਆਂ ਲੀਵਰ ਦੀਆਂ ਬਿਮਾਰੀਆਂ ਹੋ ਗਈਆਂ ਹੋਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੇ ਉੱਤੇ ਇਹ ਇਫੈਕਟਿਵ ਹੈਗਾ ਹੋਰ ਸਰ ਐਕਸਟਰਨਲੀ ਸਕਿਨ ਡਿਜ਼ੀਜ਼ ਦੇ ਉੱਤੇ ਕਾਫੀ ਵਧੀਆ ਡਿਜ਼ੀਜ਼ ਕਿੱਦਾਂ ਦੀ ਕਿੱਦਾਂ ਦੀ ਰਿੰਗ ਵਾਰਮ ਜਿਹਨੂੰ ਤਾਂ ਆਪਾਂ ਤਦਰੀ ਕਹਿੰਦੇ ਆਂ ਦਾਤ ਕਹਿੰਦੇ ਆਂ ਖੁਜਲੀ ਕਹਿੰਦੇ ਆਂ ਉਹ ਗੋਲ-ਗੋਲ ਚੱਕਰ ਦੇ ਵਿੱਚ ਬਣੀਆਂ ਹੁੰਦੀਆਂ ਹਾਂ ਚੰਬਲ ਹੁੰਦੀ ਆ ਔਰ ਐਕਜ਼ੀਮਾ ਦੇ ਵਿੱਚ ਠੀਕ ਆ ਡਰਾਈ ਜਿਹੜੀ ਸਕਿਨ ਹੋ ਜਾਂਦੀ ਉਹਦੇ ਵਿੱਚ ਉਹਦੇ ਵਿੱਚ ਫਾਰਮੂਲੇਸ਼ਨ ਇਹਦੀ ਹੈਗੀ ਹੈ ਕਿ ਤੁਸੀਂ ਸੋਰਾਈਸਿਸ ਦੇ ਵਿੱਚ ਵੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਲੇਕਿਨ ਸੋਰਾਈਸਿਸ ਦੇ ਵਿੱਚ ਇਹਦੇ ਨਾਲ ਐਕਸਾ ਤੁਹਾਨੂੰ ਮੈਡੀਕੇਸ਼ਨ ਵੱਲ ਜਾਣਾ ਪਏਗਾ ਫਿਰ ਵਰਕ ਕਰੇਗਾ ਲੇਕਿਨ ਰਿਲੀਫ ਦੇ ਜਿੰਦਾ ਉਥੇ ਫਾਰਮੂਲੇਸ਼ਨ ਜਿਹੜੀ ਹੈਗੀ ਉਹ ਇਹ ਹੈਗੀ ਕਿ ਤੁਸੀਂ ਐਪਲ ਸਾਈਡਰ ਦੇ ਨਾਲ ਗਲੋਈ ਨੂੰ ਮਿਕਸ ਕਰਨਾ ਹੈ ਹਾਂ ਮਿਕਸ ਕਰਨਾ ਹੈਗਾ ਆ ਔਰ ਉਸ ਤੋਂ ਬਾਅਦ ਫਿਰ ਤੁਸੀਂ ਇਹਨੂੰ ਲਗਾਉਣਾ ਐਕਨੇ ਦੇ ਉੱਤੇ ਬਹੁਤ ਵਧੀਆ ਰਿਜ਼ਲਟ ਆਦਾ ਹੈ ਪਿੰਪਲਸ ਹੁੰਦੇ ਨੇ ਉਹਦੇ ਵਿੱਚ ਤੁਸੀਂ 1 ਇੱਕੀ ਸਹਿਦਾ 2 ਇਸੇ ਪਾਣੀ ਦੇ ਮਤਲਬ ਇੱਕ ਚਮਚੇ ਦਾ 2 ਚਮਚ ਪਾਣੀ ਦੇ ਮਿਕਸ ਕਰਕੇ ਆਰੋ ਵਾਲਾ ਜਾਂ ਘੜੇ ਵਾਲਾ ਵੀ ਲੈ ਸਕਦੇ ਹੋ ਕਾਟਨ ਦੇ ਨਾਲ ਤੁਸੀਂ ਲਗਾਓਗੇ ਉਹਨਾਂ ਨਹੀਂ ਸੀ ਤੇ ਲਗਾਓਗੇ ਨੂੰ ਔਰ ਰਿੰਗ ਵਾਰਮ ਵੀ ਉੱਪਰ ਐਕਜ਼ੀਮਾ ਦੇ ਉੱਪਰ ਜਾਂ ਸਕਿਨ ਡਰਾਈ ਹੈਗੀ ਆ ਉਹਦੇ ਵਿੱਚ ਤੁਸੀਂ ਇੱਕ ਚਮਚ ਐਪਲ ਸਾਈਡਰ ਦਾ 2 ਚਮਚ ਗਲੋਏ ਦੇ ਐਡ ਕਰਕੇ ਉਹਨੂੰ ਫਿਰ ਕਾਟਨ ਨਾਲ ਉੱਤੇ ਅਪਲਾਈ ਕਰੋਗੇ ਕਿ ਗੜ ਵੀ ਨਿਕਲ ਆਉਂਦਾ ਕਈਆਂ ਦੇ ਬੜੇ ਮੋਟੇ-ਮੋਟੇ ਹੁੰਦੇ ਨੇ ਉਹਨਾਂ ਤੇ ਵੀ ਕੰਮ ਕਰਦਾ ਗੜ ਤੇ ਡਰੈਸਿੰਗ ਦੇ ਰੂਪ ਚ ਕੰਮ ਕਰ ਸਕਦਾ ਵਾ ਇੱਕ ਜਿਹੜੀ ਗੜ ਵਾਲੀ ਸਮੱਸਿਆ ਹੁੰਦੀ ਉਹ ਲਿਵਰ ਦੀ ਇੰਟਰਨਲ ਹੀ ਆ ਬੋਡੀ ਗੰਦਗੀ ਕੱਢ ਰਹੀ ਹੈ ਹਾਂਜੀ ਬੋਡੀ ਗੰਦਗੀ ਕੱਢ ਰਹੀ ਹੈ ਟੌਕਸਿਨ ਬਾਹਰ ਆ ਰਿਹਾ ਤਾਂ ਉਹਨੂੰ ਇਹ ਨਹੀਂ ਆਪਾਂ ਕਹਿ ਸਕਦੇ ਕਿ ਉੱਥੇ ਇਹਨੂੰ ਇਹ ਲਗਾਵਾਗੇ ਤਾਂ ਠੀਕ ਹੋ ਜਾਏਗਾ ਡਰੈਸਿੰਗ ਦਾ ਕੰਮ ਜ਼ਰੂਰ ਕਰੇਗਾ ਤਾਂ ਜੋ ਉੱਤੇ ਕੋਈ ਬੈਡ ਬੈਕਟੀਰੀਆ ਜਾਂ ਇਨਫੈਕਸ਼ਨ ਵਗੈਰਾ ਤੋਂ ਜ਼ਰੂਰ ਰੁਕੇਗਾ ਨਾਲੇ ਤੁਸੀਂ ਇੱਕ ਦੱਸਿਆ ਹੈਗਾ ਕਿ ਐਪਲ ਸਾਈਡਰ ਵੈਨੇਗਰ ਪਲੱਸ ਅ ਜਿਹੜਾ ਗਲੋਇਰਸ ਇਹ ਦੋਨਾਂ ਨੂੰ ਮਿਕਸ ਕਰਕੇ ਜੇਕਰ ਆਪਾਂ ਸਕਿਨ ਦੇ ਉੱਤੇ ਲਗਾਵਾਂਗੇ ਤਾਂ ਉਹਦੇ ਨਾਲ ਆਪਾਂ ਨੂੰ ਬੈਟਰ ਰਿਜ਼ਲਟ ਮਿਲਣਗੇ ਸਾਡਾ ਰੋਗ ਠੀਕ ਹੋਏਗਾ ਇਹਦੇ ਪਿੱਛੇ ਦੀ ਸੋਚ ਤੇ ਇਹ ਕੰਬੀਨੇਸ਼ਨ ਕਿਵੇਂ ਕੰਮ ਕਰਦਾ ਹੈ ਇਹ ਕੰਬੀਨੇਸ਼ਨ ਦੇਖੋ ਜਿਹੜਾ ਗਲੋਇ ਹੈਗਾ ਉਹ ਵੀ ਐਂਟੀਬੈਕਟੀਰੀਅਲ ਕੰਮ ਕਰਦਾ ਹੈ ਔਰ ਇਹ ਜਿਹੜਾ ਸਿਰਕਾ ਹੈਗਾ ਵੀ ਐਂਟੀਬੈਕਟੀਰੀਅਲ ਕੰਮ ਕਰਦਾ ਹੈ ਕਿ ਬੈਕਟੀਰੀਆ ਨਾਲ ਹੀ ਬਣਾਇਆ ਜਾਂਦਾ ਯਸ ਯਸ ਬੈਕਟੀਰੀਆ ਨਾਲ ਹੀ ਬਣਾਇਆ ਜਾਂਦਾ ਫਰਕ ਇਹ ਆਉਂਦਾ ਗੁੱਡ ਬੈਕਟੀਰੀਆ ਬੈਡ ਬੈਕਟੀਰੀਆ ਉਹ ਆਪਸੇ ਇਹ ਕੰਬੀਨੇਸ਼ਨ ਚੱਲਦਾ ਰਹਿੰਦਾ ਹੈਗਾ ਤਾਂ ਉਹਨੂੰ ਜਦੋਂ ਆ ਔਰ ਵੈਸੇ ਵੀ ਕਿਸੇ ਡਰਮਟੋਲੋਜਿਸਟ ਕੋਲ ਜਾਨੇ ਹੈਗੇ ਤਾਂ ਉਹ ਤੋਂ ਵੀ ਕੋਈ ਕਰੀਮ ਕੋਲ ਲੈ ਕੇ ਆਉਣੇ ਤਾਂ ਉਹ ਵੀ ਤਾਂ ਅਪਲਾਈ ਕਰਦੇ ਆਪਾਂ ਤਾਂ ਇਹ ਇੱਕ ਨੇਚਰਲ ਹੋਮ ਰੈਮਡੀਜ਼ ਦੇ ਤੌਰ ਤੇ ਕੰਮ ਕਰ ਜਾਂਦਾ ਹੈਗਾ ਤੇ ਜੇ ਆਪਾਂ ਇਹ ਮਤਲਬ ਇਹ ਕਰਦੇ ਹੈਗੇ ਇਹਦੇ ਚ ਅਕਿਊਟ ਜਿਹੜੇ ਡਿਜ਼ੀਜ਼ ਦੇ ਵਿੱਚ ਕੰਮ ਕਰਦਾ ਜਾਂ ਫਿਰ ਆਪਣਾ ਜਿਹੜੀਆਂ ਬਹੁਤ ਖਰਾਬ ਹੋਏ ਹੋਏ ਹੁੰਦੇ ਰੋਗ ਉਹਨਾਂ ਚ ਵੀ ਹੋ ਜਾਂਦਾ ਅਕਿਊਟ ਸਬ ਅਕਿਊਟ ਚ ਕਾਫੀ ਸਪੋਰਟਿਵ ਰੋਲ ਹੈ ਕਰਦਾ ਕ੍ਰੋਨਿਕਲ ਦਾ ਵਿੱਚ ਤਾਂ ਫਿਰ ਉਹ ਉਹ ਇੱਕ ਉਹ ਦਸ਼ਾ ਹੁੰਦੀ ਜਿੱਥੇ ਸਭ ਕੁਝ ਵਿਗੜ ਚੁੱਕਿਆ ਹੁੰਦਾ ਉੱਤੇ ਜਾ ਕੇ ਤੁਸੀਂ ਇਹਨੂੰ ਜੇ ਯੂਜ਼ ਵੀ ਕਰੋਗੇ ਤੇ ਕੰਮ ਵੀ ਕਰ ਰਿਹਾ ਹੈਗਾ ਤੁਹਾਨੂੰ ਨਜ਼ਰ ਨਹੀਂ ਆਏਗਾ ਕਿ ਕਿਸ ਲੈਵਲ ਤੇ ਕੰਮ ਕਰ ਰਿਹਾ ਹੈ। ਇੱਕ ਚੀਜ਼ ਤੁਸੀਂ ਦੱਸਿਆ ਵੀ ਇਹ ਐਸਿਡਿਕ ਫਾਰਮ ਦੇ ਵਿੱਚ ਹੁੰਦਾ ਤੇ ਆਪਾਂ ਜਿਹੜੀ ਤੱਦਰ ਹੋ ਗਈ, ਐਕਨੇ ਹੋ ਗਏ ਇਹਨਾਂ ਦੇ ਇਹ ਤਾਂ ਇੱਕ ਕਿਸਮ ਦੇ ਬਾਡੀ ਦੇ ਉਹ ਪਾਰਟ ਹੁੰਦੇ ਨੇ ਜਿਹੜਾ ਕਿ ਅੰਦਰੋਂ ਇੱਕ ਜ਼ਖਮ ਦੇ ਰੂਪ ਦੇ ਵਿੱਚ ਬਾਹਰ ਆਇਆ ਹੁੰਦਾ। ਉਹਦੇ 'ਚ ਲੱਗਦਾ ਨਹੀਂ ਹੈਗਾ ਬੋਲੇ। ਨਹੀਂ ਉਹ ਜਿਹੜਾ ਉਹ ਵੀ ਇੱਕ ਬੈਕਟੀਰੀਅਲ ਪ੍ਰੋਬਲਮ ਆ ਨਾ। ਤੇ ਐਂਟੀਬੈਕਟੀਰੀਅਲ ਤੇ ਉਹ ਉਸ ਬੈਕਟੀਰੀਆ ਫੰਗਸ ਨੂੰ ਇਹ ਡਿਸਟਰਾਏ ਕਰਦਾ। ਲੱਗੇਗਾ ਤਾਂ ਠੀਕ। ਹਾਂ ਹਲਕਾ ਜਿਹਾ ਬਹੁਤ ਜ਼ਿਆਦਾ ਨਹੀਂ ਲੱਗਦਾ। ਪਲਸ ਇਹ ਇਹ ਲਗਾਉਣ ਤੋਂ ਬਾਅਦ ਉਹ ਇਹਦੀ ਇੱਕ ਵਾਰੀ ਖੁਸ਼ਕ ਹੋ ਜਾਏਗਾ ਉਹਦੇ ਉੱਪਰ ਤੁਸੀਂ ਵਰਜਨ ਕੋਕੋਨਟਲ ਅਪਲਾਈ ਕਰ ਸਕਦੇ ਆ ਇਹ ਮੈਂ ਪੁੱਛਣਾ ਚਾਹੁੰਦਾ ਵੀ ਉਹ ਤੋਂ ਬਾਅਦ ਕੀ ਕਰਨਾ ਅੱਛਾ ਇਹ ਹੋਗਾ ਸਕਿਨ ਦਾ ਪੇਟ ਦਾ ਲੀਵਰ ਦਾ ਹੋਰ ਵੀ ਕੁਛ ਆ ਜਾਂਦਾ ਅ ਹੋਰ ਦਿਲ ਦੇ ਜਿਹੜੇ ਰੋਗ ਨੇ ਉਹਦੇ ਵਿੱਚ ਸਪੋਰਟਿਵ ਰੋਲ ਹੈ ਵਜਨ ਵੱਧ ਰਿਹਾ ਹੈ ਉਸ ਵਿੱਚ ਸਪੋਰਟਿਵ ਰੋਲ ਹੈ ਕਾਨਸਿਪਸ਼ਨ ਹੈ ਉਸ ਵਿੱਚ ਸਪੋਰਟਿਵ ਰੋਲ ਹੈ ਅ ਕੰਨ ਨੂੰ ਸਾਫ਼ ਕਰਨਾ ਹੈ ਉਸ ਵਿੱਚ ਸਪੋਰਟਿਵ ਰੋਲ ਹੈ यूरिन प्रॉब्लम्स ਬਹੁਤ ਹੀ ਰੋਲ ਡਿਪਰੈਸ਼ਨ ਚ ਉਸ ਲੈਵਲ ਤੇ ਆਪਾਂ ਨਹੀਂ ਨੂੰ ਪ੍ਰੈਸਕ੍ਰਾਈਬ ਕਰ ਸਕਦੇ ਕਿ ਡਿਪਰੈਸ਼ਨ ਵਾਲਾ ਪੇਸ਼ੈਂਟ ਨੂੰ ਲਵੇ ਲੇਕਿਨ ਲੇਕਿਨ ਡਿਪਰੈਸ਼ਨ ਚ ਲੀਵਰ ਦੇ ਕਾਫੀ ਤਰ੍ਹਾਂ ਦੇ ਬਦਲਾਅ ਆ ਚੁੱਕੇ ਹੁੰਦੇ ਨੇ ਤਾਂ ਕਿਉਂਕਿ ਡਿਪਰੈਸ਼ਨ ਵਾਲੇ ਦਾ ਪੇਟ ਸਾਫ਼ ਨਹੀਂ ਹੁੰਦਾ ਡਿਪਰੈਸ਼ਨ ਵਾਲੇ ਨੂੰ ਯੂਰਿਨ ਖੁੱਲਕੀ ਨਹੀਂ ਆਉਂਦਾ ਡਿਪਰੈਸ਼ਨ ਵਾਲੇ ਨੂੰ ਜਿਹੜਾ ਐਗ ਐਸਿਡ ਜ਼ਿਆਦਾ ਰਹਿੰਦਾ ਤਾਂ ਉੱਥੇ ਰੋਲ ਨਹੀਂ ਮੰਨਦਾ ਯੂਰਨ ਦੀ ਪ੍ਰੋਬਲਮਸ ਦੇ ਵਿੱਚ ਵੀ ਕੰਮ ਕਰਦਾ ਜੀ ਯੂਰਨ ਵਾਲੀ ਪੌਲਡਸ ਵੀ ਕੰਮ ਕਰੇਗਾ ਕਿਡਨੀ ਨੂੰ ਡੀਟੌਕਸੀਫਾਈ ਕਰਨ ਤੇ ਹੈਲਪ ਕਰਦਾ ਹੈਗਾ ਜਿਵੇਂ ਮਤਲਬ ਲੇਡੀਜ਼ ਨੂੰ ਹੁੰਦੀ ਹੈ ਪੀਸੀਓਡੀ ਪੀਸੀਓਐਸ ਫਾਈਬਰੋਇਡ ਸਿਸਟਰ ਪਲੱਸ ਜਿਹੜੇ ਆ ਹੁੰਦੇ ਨੇ ਯੂਟੀਆਈ ਲਿਕੋਰੀਆ ਆ ਉਹਨਾਂ ਦੇ ਵਿੱਚ ਆਪਾਂ ਇਹਨੂੰ ਕੋਈ ਸਪੈਸ਼ਲ ਟਰੀਟਮੈਂਟ ਰੈਮਡੀ ਨਹੀਂ ਕਹਿ ਸਕਦੇ ਉਸ ਕੇਸਸ ਦੇ ਵਿੱਚ ਨਹੀਂ ਕਹਿ ਸਕਦੇ ਕਿ ਨਾ ਆਪਾਂ ਹਮਮ ਹੁਣ ਜਿਵੇਂ ਕਿ ਮੈਂ ਹਰ ਵਾਰੀ ਪੁੱਛਦਾ ਹੁੰਦਾ ਇੱਥੇ ਵੀ ਪੁੱਛਾਂਗਾ ਬੀ ਕਿਹੜਿਆਂ ਨੂੰ ਲੈਣਾ ਚਾਹੀਦਾ ਤੇ ਕਿਹੜਾ ਨੂੰ ਨਹੀਂ ਲੈਣਾ ਚਾਹੀਦਾ ਪ੍ਰੈਗਨਸੀ ਚ ਇਹ ਨਹੀਂ ਲੈਣਾ ਨਹੀਂ ਲੈਣਾ ਪ੍ਰੈਗਨਸੀ ਵੀ ਫਾਰਮ ਹਾਂ ਬਸ ਉਹ ਤਾਂ ਬਿਲਕੁਲ ਨਹੀਂ ਲੈਣਾ ਬੱਚੇ ਬੱਚੇ ਨੂੰ ਵੀ 5 ਸਾਲ ਤੋਂ نیچے ਦੇਣ ਦੀ ਜ਼ਰੂਰਤ ਨਹੀਂ ਹੁੰਦੀ ਹਮਮ ਕੁਝ ਖਾਸ ਰੋਗਾਂ ਦੇ ਵਿੱਚ ਵੀ ਨਹੀਂ ਦੇਣਾ ਖਾਸ ਰੋਗ ਅ ਜਿਹਨੂੰ ਤਜਾਬ ਬੋਲ ਬਣਦਾ ਹੈ ਨਾ ਦੇਖੋ ਅਗਰ ਇਵਨ ਕਿਉਂਕਿ ਤਜਾਬ ਜੇ ਬਣ ਰਿਹਾ ਉੱਥੇ ਜੇ ਤੁਸੀਂ ਇਹਦੀ ਲਿਮਟਡ ਜੀ ਅਮਾਉਂਟ ਲਓਗੇ ਤਾਂ ਤਜਾਬ ਠੀਕ ਕਰਨਾ ਹੈ ਠੀਕ ਹੈ ਖਾਸ ਰੋਗ ਨਾਲੋਂ ਜ਼ਿਆਦਾ ਬੈਟਰ ਹੈਗੇ ਕੱਪੇ ਦਸੀ ਕਿ ਦੀ ਕੁਆਨਟੀਟੀ ਜਿਹੜੀ ਹੈਗੀ ਨਾ ਉਹ ਤੁਸੀਂ 5 ਤੋਂ 10 ਐਮਐਲ ਹੀ ਰੱਖਣੀ ਆ ਯਾਨੀ ਕਿ ਇੱਕ ਚਮਚ ਜਾਂ ਦੋ ਚਮਚ ਤੋਂ ਵੱਧ ਨਹੀਂ ਲੈਣਾ ਨਹੀਂ ਲੈਣਾ ਤਾਂ ਜੇ ਤੁਸੀਂ ਕੁਆਨਟੀਟੀ ਸਹੀ ਰੱਖਦੇ ਹੋ ਤੈਨੂੰ ਰੈਗੂਲਰ 베ਸ ਤੇ ਵੀ ਲੈ ਸਕਦੇ ਤੇ ਖਾਣਾ ਖਾਣ ਤੋਂ ਪਹਿਲਾਂ ਲੈਣਾ ਜਾਂ ਖਾਣਾ ਖਾਣ ਤੋਂ ਬਾਅਦ ਲੈਣਾ ਖਾਣਾ ਖਾਣ ਤੋਂ ਤੁਸੀਂ ਇਹਨੂੰ ਪਹਿਲਾਂ ਲਾਓ ਅਗਰ ਭੁੱਖ ਵਗੈਰਾ ਜਾਂ ਲੀਵਰ ਦੀ ਸਮੱਸਿਆ ਆ ਅਗਰ ਖਾਣਾ ਡਾਈਜੈਸਟ ਨਹੀਂ ਹੁੰਦਾ ਭਾਰਾਪਨ ਰਹਿੰਦਾ ਲੀਵਰ ਫੈਟੀ ਆ ਤੇ ਫਿਰ ਖਾਣਾ ਖਾਣ ਤੋਂ ਬਾਅਦ ਲਓ ਹਾਂ ਤੇ ਕੁਝ ਅਜਿਹਾ ਜਿਹੜਾ ਕਿ ਬਹੁਤ ਸਾਰੇ ਦਰਸ਼ਕ ਤੁਹਾਨੂੰ ਸਵਾਲ ਕਰਦੇ ਹੋਣ ਆਮ ਕਾਮਨ ਸਵਾਲ ਕਰਦੇ ਹੋਣ ਜਿਦੇ ਵਿੱਚ ਤੁਸੀਂ ਚਾਹੁੰਦੇ ਹੋ ਮੋ ਵੀ ਜੇਕਰ ਐਪਲ ਸਾਈਡਰ ਵਿਨੇਗਰ ਉਹਦੇ ਵਿੱਚ ਐਡ ਕੀਤਾ ਜਾਵੇ ਤਾਂ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਬਹੁਤ ਫਾਇਦਾ ਹੁੰਦਾ ਯਾਨੀ ਕਾਮਨ ਡਿਜ਼ੀਜ਼ ਦੇ ਵਿੱਚ ਕਾਮਨ ਦੇਖੋ ਇੱਕ ਪ੍ਰੋਬਲਮ ਕਾਫੀ ਜ਼ਿਆਦਾ ਹੈ ਅ ਜਿਹੜੀ ਸਭ ਤੋਂ ਜ਼ਿਆਦਾ ਪ੍ਰੋਬਲਮ ਦੇਖਣ ਨੂੰ ਮਿਲ ਰਹੀ ਹੈ ਹੋਏਗੀ ਕਿ ਸਵੇਰ ਉੱਠ ਕੇ ਨਾ ਲੋਕਰ ਪੇਟ ਨਹੀਂ ਸਾਫ ਹੁੰਦਾ ਕਿਸੇ ਦਾ ਇਹ ਬੜੀ ਸਮੱਸਿਆ ਸੋਏ ਕੋਈ ਚਾਹ ਪੀ ਕੇ ਪੇਟ ਸਾਫ ਕਰ ਰਿਹਾ ਕੋਈ ਕੋ ਬੁੱਕੀ ਫੱਕੀ ਖਾ ਕੇ ਕਰ ਰਿਹਾ ਕੀ ਕਰ ਰਿਹਾ ਪੀਂਦਾ ਕਰ ਰਿਹਾ ਹਾਂ ਸੋ ਸਭ ਦੇ ਟੋਟਕੇ ਬਣਿਆ ਉਹ ਲੋਕ ਅਗਰ ਗਲੋਏ ਦੇ ਵਿੱਚ ਮਿਕਸ ਕਰਕੇ ਜਾਂ ਆਮਲਾ ਦੇ ਵਿੱਚ ਮਿਕਸ ਕਰਕੇ ਹਾਂ ਪੰਜ ਅੰਮਲ ਦਸ ਅੰਮਲ ਤੁਸੀਂ ਲੈਂਦੇ ਹੋ ਗਲੋਜ ਵੀ ਕਰਕੇ ਮਿਕਸ ਕਰਕੇ ਪੀ ਵੀ ਸਕਦੇ ਹੋ ਪੀ ਸਕਦੇ ਹੋ ਔਰ ਇਹ ਇਸ ਆਮਲਾ ਚ ਵੀ ਮਿਕਸਰ ਕੇ ਪੀ ਸਕਦੇ ਹੋ ਯਾ ਨੂੰ ਇਸ ਤੋਂ ਇਲਾਵਾ ਸੈਲਡ ਤੇ ਵੀ ਉੱਪਰ ਪਾ ਕੇ ਇਹਨੂੰ ਲੈ ਸਕਦੇ ਹੋ ਅੱਛਾ ਗਲੋਏ ਤੇ ਆਮਲਾ ਇਹਦੇ ਤੋਂ ਤੁਸੀਂ ਦੱਸਦੀ ਵੀ 5 ਤੋਂ 10 ਐਮਐਲ ਦੇ ਵਿੱਚ ਆਪਾਂ ਲੈ ਸਕਦੇ ਗਲੋਏ ਤੇ ਆਮਲੇ ਦੀ ਰੇਸ਼ੋ ਜਿਹੜੀ ਮਿਕਸ ਕਰਨੀ ਹੈ ਦੋਨੋਂ ਉਹਦੇ ਵਿੱਚ ਉਹ ਕਿੰਨੀ ਹੋਣੀ ਉਹ ਤਾਂ ਮਤਲਬ ਜੇ ਤੁਸੀਂ 25 ਐਮਐਲ ਗਲੋਏ ਪਾ ਰਹੇ ਹੋ ਇੱਕ ਗਲਾਸ ਪਾਣੀ ਦੇ ਵਿੱਚ ਤਾਂ 5 ਐਮਐਲ ਵੀ ਪਾ ਸਕਦੇ ਨਾਲ 5 ਐਮਐਲ ਇਹ ਐਵੇਂ ਆਮਲਾ ਹਾਇਸ ਇਸੇ ਐਵੇਂ ਆਮਲਾ ਠੀਕ ਹੈ ਕੁਝ ਹੋਰ ਕੁਝ ਕਹਿਣਾ ਚਾਹੋਗੇ ਜਾਂ ਜਦਿਆਂ ਦੇ ਕੁ ਟਿਪਸ ਆਫ ਦਾ ਇੰਟਰਵਿਊ ਇਸ ਸਬੰਧ ਵਿੱਚ ਦੇਣਾ ਚਾਹੋਗੇ ਇਹਦੇ ਵਿੱਚ ਐਪਲ ਸਾਈਡਰ ਵਿਨੇਗਰ ਦੇ ਵਿੱਚ ਕੁਝ ਜਿਹੜਾ ਤੁਹਾਨੂੰ ਲੱਗਦਾ ਹੋਵੇ ਟਿਪਸ ਆਫ ਇਹ ਰਹੇਗੀ ਕਿ ਜਦੋਂ ਤੁਸੀਂ ਸੈਲਡ ਖਾਂਦੇ ਹੋ ਤਾਂ ਉਤੇ ਅਪਲਾਈ ਕਰੋ ਫਰੂਟ ਖਾਂਦੇ ਹੋ ਉਤੇ ਅਪਲਾਈ ਕਰੋ ਹਾ ਜਦੋਂ ਤੁਸੀਂ ਪਾਲੋ ਪੰਜ ਅੰਬਲ ਦਸ ਅੰਬ ਰੈਗੂਲਰ 베ਸ ਤੇ ਇੱਕ ਤਾਂ ਈਜ਼ੀ ਡਾਈਜੈਸਟ ਹੋ ਜਾ ਜਲਦੀ ਡਾਈਜੈਸਟ ਹੋ ਜਿਣੀ ਚੀਜ਼ ਹੈ ਦੂਸਰਾ ਇਹ ਹੈਗਾ ਹੁਣ ਜੇ ਬੱਚੇ ਆ ਬਹੁਤ ਸਾਰੇ ਪੇਰੈਂਟਸ ਹੁੰਦੇ ਨੇ ਕਿ ਸਾਡੇ ਬੱਚਾ ਕੁਝ ਖਾਂਦਾ ਨਹੀਂ ਤਾਂ ਤੁਸੀਂ ਉਹਨਾਂ ਨੂੰ ਵੀ ਅ ਸੈਲਡ ਤੇ ਜਾਂ ਫਰੂਟ ਤੇ ਪਾ ਕੇ ਜਾਂ ਇੱਕ ਗਲਾਸ ਪਾਣੀ ਦੇ ਵਿੱਚ ਪੰਜ ਅਮਲ ਐਡ ਕਰਕੇ ਦੇ ਸਕਦੇ ਹੋ ਦੁੱਧ ਪਿਲਾਉਣ ਵਾਲੀਆਂ ਮਾਤਾ ਮਾਂ ਪੀ ਸਕਦੀਆਂ ਨੇ ਨਹੀਂ ਉੱਥੇ ਅਵਾਇਡ ਕਰਾਂਗੇ ਅਸੀਂ ਬਹੁਤ ਅਨਮੋਲ ਡਾਕਟਰ ਸਾਹਿਬ ਤੁਸੀਂ ਪੂਰੀ ਵਿਸਥਾਰ ਦੇ ਨਾਲ ਸੇਬ ਦੇ ਸਰਕੇ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਹੈ ਰੋਗ ਕਿਵੇਂ ਬਣਾਉਣਾ ਹੈਗਾ ਕਿਦਾਂ ਪੂਰੀ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਆ थैंक यू ਸਰ ਇੱਕ ਚੀਜ਼ ਹੋਰ ਰੈਗੀ ਦੱਸਣ ਵਾਲੀ ਆਪਣੀ ਬਹੁਤ ਸਾਰੇ ਲੋਕੋ ਅੱਜ ਕੱਲ ਇਹ ਐਡਵਰਟਾਈਜ਼ਮੈਂਟ ਇਸ ਤਰੀਕੇ ਨਾਲ ਕੀਤੀ ਕਿ ਜਿਹੜੇ ਮੋਟਾਪੇ ਵਾਲੇ ਲੋਕ ਸੀ ਨਾ ਉਹ ਹੱਥ ਧੋ ਕੇ ਪਿੱਛੇ ਪੈ ਗਏ ਉਹ ਤਾਂ ਸੇਵਨ ਜ਼ਿਆਦਾ ਕਰਨ ਲੱਗ ਪਏ ਹਾਂ ਤਾਂ ਉਹਦੇ ਨਾਲ ਕੀ ਉਹ ਜਦੋਂ ਉਹ ਜ਼ਿਆਦਾ ਮਾਤਰਾ ਜਿਹਨੂੰ ਅਸੀਂ ਲਵਾਂਗੇ ਨਾ ਫਿਰ ਐਸਿਡ ਪੈਦਾ ਕਰੇਗਾ ਫੋੜ ਬਣਾਏਗਾ ਆਡੀਆਂ ਵੀ ਫੋੜ ਸੋਗਾ ਹੱਟ ਉਹ ਐਸਿਡ ਵਧੇਗਾ ਤਾਂ ਖੂਨ ਗੰਧਲਾ ਹੋ ਜਾਏਗਾ ਤਾਂ ਉਹ ਇਫੈਕਟ ਚਲੇ ਜਾਏਗਾ ਕੈਲਸ਼ੀਅਮ ਤੇ ਵੀ ਚਲੇ ਜਾਏਗਾ ਲੇਕਿਨ ਅੰਦਰ ਜ਼ਖਮ ਵੀ ਹੋ ਜਾਣਗੇ ਔਰ ਫਿਰ ਟੋਡਾ ਲੀਵਰ ਦਾ metabolic system weak ਵੀ ਹੋ ਸਕਦਾ ਹੈ ਇਹਦੇ ਨਾਲ ਪਲੱਸ ਸੰਗ੍ਰਹਿਣੀ ਤੱਕ ਵੀ ਹੋ ਸਕਦੀ ਹੈ ਇਹਦੇ ਨਾਲ IBS ਦੀ ਬਲ ਵੀ ਆ ਸਕਦੀ ਹੈ ਅਲਸਰ ਕੋਲਾਈਟਸ ਵੀ ਹੋ ਸਕਦਾ ਹੈ ਤਾਂ ਮੈਂ ਆਪਾਂ ਸਟਾਰਟਿੰਗ ਤੇ ਵੀ ਕਹਤ ਆਏ ਗੱਲ ਕਿ ਤੁਸੀਂ ਕੱਲੇ ਮੋਟਾਪੇ ਲਈ ਕਹੋ ਕਿ ਇਹ ਕੋਈ ਤੁਹਾਨੂੰ ਰਿਜ਼ਲਟ ਦੇਗਾ ਤਾਂ ਝੂਠ ਹੈ ਤੁਸੀਂ ਆਪਣਾ ਮੀਲ ਖਾਣਾ ਵਗੈਰਾ ਵੀ ਚੇਂਜ ਕਰੋ ਨਾਲ ਔਰ ਇਹਦੀ ਜੋ ਡੋਸ ਅਮਾਉਂਟ ਦਸੀ ਕਿ ਉਹਨੀ ਡੋਸ ਐਡ ਕਰੋ ਤਾਂ ਤੁਹਾਨੂੰ ਰਿਜ਼ਲਟ ਬਿਹਤਰੀਨ ਮਿਲਣਗੇ ਦੇਖੀ ਦੱਸੋ ਕਿ ਇਸ ਨੂੰ ਮਤਲਬ ਜੋ ਹੁੰਦਾ ਨਾ ਤੁਸੀਂ ਬਹੁਤ ਸਰੀਆਂ ਚੀਜ਼ਾਂ ਵਿੱਚ ਕਹਿੰਦੇ ਵੀ ਐਨੇ ਦਿਨ ਲਓ ਉਸ ਤੋਂ ਬਾਅਦ ਡਿਸਕੰਟੀਨਿਊ ਕਰ ਦਿਓ ਫਰੈਂਡਸ ਨਾਲ ਬਾਅਦ ਫਿਰ ਉਹ ਨੂੰ ਸ਼ੁਰੂ ਕਰ ਇਹਦੇ ਵਿੱਚ ਵੀ ਐ ਹੀ ਹੁੰਦਾ ਅ ਬਿਲਕੁਲ ਅਗਰ ਜੇ ਤੁਸੀਂ ਇਹਨੂੰ 1 ਮਹੀਨਾ ਲੈ ਲਿਆ ਹੈਗਾ 15 ਦਿਨ ਦਾ ਗੈਪ ਦੇ ਸਕਦੇ ਹੋ ਮਤਲਬ ਉਹੀ ਇਹ ਇੱਕ ਮਹੀਨਾ ਲੈ ਕੇ 15 ਦਿਨ ਦਾ ਗੈਪ ਦੇਵਾਂਗੇ ਤੇ ਫਿਰ 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 ਦੁਬਾਰਾ ਅਸੀਂ ਸ਼ੁਰੂ ਕਰ ਸਕਦੇ ਹਾਂ ਫਿਰ ਫਿਰ ਲੈ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਜ ਜਹਾ ਜੇ ਤੁਹਾਡੀ ਬਾਡੀ ਠੀਕ ਹੈ ਫਿਰ ਬੰਦ ਵੀ ਕਰ ਦੇਣਾ ਹੈ ਇਹ ਨਹੀਂ ਹੈਗਾ ਕਿ 12 ਮਹੀਨੇ ਲੈ ਜਾਣਾ ਇਹ ਤਾਂ ਬਸ ਨੁਕਸਾਨ ਵੀ ਕੋਈ ਨਹੀਂ ਨੁਕਸਾਨ ਕੋਈ ਨਹੀਂ ਲੇਕਿਨ ਕੀ ਹੁੰਦਾ ਕਿ ਕਈ ਵਾਰੀ ਹੁਣ 12 ਮਹੀਨੇ ਤੁਸੀਂ ਸੇਮ ਸ਼ਡਿਊਲ 'ਚ ਨਹੀਂ ਰਹਿੰਦੇ ਹੋ ਕੁਝ ਖਾਦਾ ਜਾਂਦਾ ਤਾਂ ਉਹਦੀ ਮਾਤਰਾ ਅਡਜਸਟ ਹੋ ਸਕਦੀ ਹੈ ਹਾਂ ਸਹੀ ਮਾਤਰਾ ਤਾਂ ਤੋਂ ਜੇ ਗੈਪ ਬਣ ਕੇ ਅਸੀਂ ਲੈਂਦੇ ਰਵਾਂਗੇ ਤਾਂ ਠੀਕ ਹੈ ਮਹੀਨਾ ਤੁਸੀਂ ਲੈ ਲਿਆ 15 ਦਿਨ ਗੈਪ ਪਾ ਲਓ ਫਿਰ ਮਹੀਨਾ ਲੈ ਲਓ 15 ਦਿਨ ਗੈਪ ਪਾ ਲਓ ਉਸ ਤੋਂ ਬਾਅਦ ਤੁਸੀਂ 2 ਮਹੀਨੇ ਦਾ ਗੈਪ ਪਾ ਕੇ ਫਿਰ ਮਹੀਨਾ 15 ਦਿਨ ਚੱਲ ਸਕਦੇ ਹੋ ਸੋ ਗੈਪ ਜ਼ਰੂਰੀ ਹੈ ਵੀ ਇਹ ਬਹੁਤ ਦੱਸਣਾ ਜ਼ਰੂਰੀ ਹੈ ਗੈਪ ਜ਼ਰੂਰੀ ਹੈਗਾ ਉਹ ਦਿਨਾਲ ਤੁਸੀਂ ਇਹਦੇ ਚੰਗੇ ਉਹ ਜਿਹੜੇ ਫਾਇਦੇ ਉਹ ਜ਼ਿਆਦਾ ਲੈ ਲਓਗੇ ਬਹੁਤ ਧੰਨਵਾਦ ਹਾਂ ਜੀ న్యూਜ਼ੀਸ਼ੀਆ ਪੰਜਾਬੀ ਸਾਰੇ ਦਰਸ਼ਕਾਂ ਦਾ ਪਿਆਰ ਤੇ ਅਸ਼ੀਰਵਾਦ ਦੇ ਲਈ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ ਸੋ ਇਸਨ ਡਾਕਟਰ ਬ੍ਰਿੰਦਰ ਸਿੰਘ ਪੁੱਲਰ ਤੁਸੀਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਇੱਕ ਛੋਟੀ ਜੀ ਚੀਜ਼ ਸੇਬ ਦਾ ਸਰਕਾ ਹਰ ਘਰ ਦੇ ਵਿੱਚ ਅਕਸਰ ਆਪਾਂ ਲਿਆਉਂਦੇ ਆ ਆ ਗਿਆਂ ਪਰ ਲਿਆਉਣਾ ਵੀ ਕਿਹੜਾ ਅੱਜ ਉਹ ਵੀ ਦੱਸ ਦਿੱਤਾ ਗਿਆ ਤੇਜਾਬੀ ਮਾਦਾ ਇਹਦੇ ਵਿੱਚ ਹੁੰਦਾ ਹੈਗਾ ਕਿਸ ਤਰੀਕੇ ਨਾਲ ਕੰਮ ਕਰਦਾ ਹੈਗਾ ਆਰਗੈਨਿਕ ਕਿੱਥੋਂ ਮਿਲਣਾ ਹੈਗਾ ਕਿੰਨੀ ਮਾਤਰਾ ਚ ਲੈਣਾ ਹੈਗਾ ਕਿੰਨੀ ਧੀਰ ਲੈਣਾ ਹੈਗਾ ਕਿਹੜੀਆਂ ਕਿਹੜੀਆਂ ਬਿਮਾਰੀਆਂ ਠੀਕ ਕਰ ਸਕਦਾ ਹੈਗਾ ਕਿਹਨਾਂ ਨੇ ਲੈਣਾ ਤੇ ਕਿਹਨਾਂ ਨੇ ਨਹੀਂ ਲੈਣਾ ਤੇ ਜੇ ਲੈਣਾ ਤੇ ਕਿਸ ਰੂਪ ਦੇ ਵਿੱਚ ਲੈਣਾ ਤੇ ਜੇ ਸਕਿਨ ਦੀਆਂ ਸਮੱਸਿਆਵਾਂ ਨੇ ਤਾਂ ਉਹਦੇ ਲਈ ਕਿਹੜੀ ਚੀਜ਼ ਹੋਰ ਮਿਕਸ ਕਰਨੀ ਹੈ ਜਿਹਦੇ ਨਾਲ ਇਹ ਹੋਵੇਗਾ ਪੀਣ ਲਈ ਵੀ ਜਾਂ ਲਗਾਉਣ ਲਈ ਵੀ ਕਿਹੜੀ ਕਿਹੜੀਆਂ ਚੀਜ਼ਾਂ ਵਿੱਚ ਮਿਕਸ ਕਰਕੇ ਕਰਨਾ ਅੱਜ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੈ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਹ ਜਾਣਕਾਰੀਆਂ ਘਰ ਘਰ ਪਹੁੰਚਣ ਛੋਟੇ ਛੋਟੇ ਟੋਟਕੇ ਨੇ ਲੇਕਿਨ ਕੰਮ ਬਹੁਤ ਆ ਜਾਂਦੇ ਨੇ ਇੱਕ ਛੋਟੀ ਜੀ ਚੀਜ਼ ਜੇਕਰ ਕਿਸੇ ਦਾ ਇਲਾਜ ਬਣ ਕੇ ਉਸ ਦੀ ਬਿਮਾਰੀ ਠੀਕ ਕਰ ਦਿੰਦੀ ਹੈ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਡੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਨੂੰ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ